मैटर सर ये माफ़ी मंगणगे, इन्होंने गलती की है। उन्हों का कहना वा कि मैं मीडिया सामने सारे लोगों को माफ़ी मंगदा कि मेरे को गलती हुई है। तुसी एग्री हो? मैं सर वेखो मारे नालों भजाया चंगा, जे हुण वो माफ़ी मंगते हैं तो मैं नहीं चाहूँगा, क्योंकि उन्होंने भी रोजी रोटी परिवार की जी नौकरी के सिर तो ही है। मेरी वजह करके अगर इन्हों की नौकरी जाती है तो शायद हो सकता तो कल मैं पछतावा हो। ਰਜਿੰਦਰ ਸਿੰਘ ਮੇਰਾ ਨਾਮ। ਹਾਂਜੀ ਵੀਰ ਜੀ, ਇਹ ਮੇਰਾ ਛੋਟਾ ਵੀਰ ਹੈ ਜੀ। ਸਾਡੀ ਦੋਵਾਂ ਦੇ ਇੱਕ ਦੂਜੇ ਦੇ ਨਾਲ ਬਹਿਸਬਾਜ਼ੀ ਹੋ ਗਈ ਅਤੇ ਮੈਂ ਆਪਣੀ ਜਿਹੜਾ ਗਲਤੀ ਦਾ ਅਹਿਸਾਸ ਕਰ ਲਿਆ। ਕੋਈ ਪੱਗ ਲਾਈ ਗਈ ਸੀ ਤੁਹਾਡੇ ਵੱਲੋਂ? ਮੈਂ ਕੋਈ ਇੰਟੈਂਸ਼ਨਲੀ ਨਹੀਂ ਇਹਦੀ ਪੱਗ ਲਾਈ ਸੀ। ਦੋਵਾਂ ਦਾ ਆਪਸ ਵਿੱਚ ਜਦੋਂ ਗੁੱਸਾ ਗਲਾ ਹੁੰਦਾ ਅਤੇ ਮੈਂ ਵੀ ਸਰਦਾਰ ਹਾਂ ਜੀ, ਇਹ ਵੀ ਸਰਦਾਰ ਹੈ, ਮੇਰਾ ਛੋਟਾ ਵੀਰ ਆ, ਅਤੇ ਮੈਂ ਕੋਈ ਇਹਦੀ ਇੰਟੈਂਸ਼ਨਲੀ ਪੱਗ ਨਹੀਂ ਲਾਈ। ਸਾਡਾ ਦੋਵਾਂ ਦਾ ਮੈਂ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ। ਹਾਂ, ਇਹ ਇੰਸੀਡੈਂਟ ਜਿਹੜਾ ਸਾਡੇ ਵਿਜੇਨਗਰ ਚੌਂਕੀ ਦੇ ਵਿੱਚ ਹੋਇਆ, ਜਿਹਦੀ ਵੀਡੀਓ ਵੀ ਵਾਇਰਲ ਹੋਈ ਹੈ, ਇਸ ਵੀਡੀਓ ਨੂੰ ਵੇਖਣ ਤੋਂ ਬਾਅਦ 'ਚ ਜਿਹੜਾ ਹੈਗਾ ਸਾਡੇ ਪੱਤਰਕਾਰ ਭਾਈਚਾਰੇ ਦੇ ਵਿੱਚ ਜਸਵੀਰ ਸਿੰਘ ਗਿੱਲ ਨੇ ਜਿਹੜੇ ਇਹਨਾਂ ਨੂੰ ਅਤੇ ਔਰ ਬਲਜਿੰਦਰ ਸਿੰਘ ਜਿਹਨਾਂ ਦਾ ਇਹ ਇੰਸੀਡੈਂਟ ਹੋਇਆ, ਦੋਨਾਂ ਨੂੰ ਬਿਠਾ ਕੇ ਉਹਨੇ ਵੀ ਅਹਿਸਾਸ ਕੀਤਾ ਹੈਗਾ ਕਿ ਇੰਟੈਂਸ਼ਨਲੀ ਨਹੀਂ ਸੀਗਾ, ਇਹ ਹੌਟ ਜਿਹੜੀ ਹੈਗੀ ਹੈ, ਸਪਰ ਆਫ ਮੂਵਮੈਂਟ ਹੋ ਗਈ ਹੈ ਗੱਲ। ਔਰ ਇਹਨਾਂ ਨੂੰ ਵੀ ਪੱਤਰਕਾਰ ਭਾਈਚਾਰੇ ਨੇ ਵੀ ਬਹੁਤ ਅੱਛਾ ਸਾਨੂੰ ਰਿਸਪੋਂਸ ਦਿੱਤਾ, ਇਹਨਾਂ ਨੇ ਵੀ ਇਹ ਗੱਲ ਕਹੀ ਹੈ। ਹਾਂ, ਚੀਜ਼ ਹੈ, ਦੋਨਾਂ ਉਹਨਾਂ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕੀਤਾ ਔਰ ਇਹਨਾਂ ਦੀ ਦਰਿਆ ਦਿਲੀ ਹੈ ਕਿ ਇਹਨਾਂ ਨੇ ਵੀ ਉਹਨਾਂ ਨੂੰ ਜਿਹੜਾ ਹੈਗਾ ਹੈ ਮਾਫ਼ ਕੀਤੀ ਹੈ, ਅਸੀਂ ਇਹਨਾਂ ਦੇ ਧੰਨਵਾਦੀ ਹਾਂ। ਅਤੇ ਐਟ ਦ ਸੇਮ ਟਾਈਮ ਅਸੀਂ ਅੱਗੇ ਤੋਂ ਜਿਹੜੇ ਹੈਗੇ ਹੋਰ ਸੰਜੀਦਾ ਇਸ ਮਸਲਿਆਂ ਨੂੰ ਸੰਜੀਦਗੀ ਨਾਲ ਵੇਖਾਂਗੇ, ਔਰ ਤੁਹਾਡਾ ਸਾਰਿਆਂ ਦਾ ਧੰਨਵਾਦ, ਆਪਾਂ ਸਾਰਿਆਂ ਨੇ ਜਿਹੜਾ ਹੈਗਾ ਬੜੇ ਸੰਜੀਦਗੀ ਨਾਲ ਮਸਲੇ ਨੂੰ ਹੱਲ ਕੀਤਾ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਗਿੱਲ ਸਾਹਿਬ ਦਾ ਵੀ ਧੰਨਵਾਦ ਜਿਹਨਾਂ ਨੇ ਸਾਨੂੰ ਮਤਲਬ ਕਿ ਦਰਿਆ ਦਿਲੀ ਦਿਖਾਈ ਹੈ, ਔਰ ਮੁਲਾਜ਼ਮ ਦੇ ਜਿਹੜੇ ਹੈਗੇ ਆ ਉਹਦੇ ਕੋਈ ਇੰਟੈਂਸ਼ਨਲੀ ਨਹੀਂ ਸੀਗੇ, ਇਹ ਉਹਦੇ ਸਪਰ ਆਫ ਮੂਵਮੈਂਟ ਹੋਈ ਆ ਹਾਊਟ ਆਰਗੂਮੈਂਟ ਦੇ ਵਿੱਚ, ਇਸ ਕਰਕੇ ਇੰਸੀਡੈਂਟ ਹੋਇਆ, ਵਿਦਆਊਟ ਇੰਟੈਂਸ਼ਨ ਸੀਗਾ, ਇਸ ਕਰਕੇ ਦੋਵਾਂ ਨੇ ਜਿਹੜਾ ਆਪਣਾ ਜਿਹੜਾ ਹੈਗਾ ਆ ਗੁੱਸਾ ਗਿਲਾ ਭੁਲਾ ਕੇ ਨੂੰ ਭੱਜ ਜਾਵਾ। ਨਹੀਂ ਜੀ, ਬਿਲਕੁਲ ਨਹੀਂ ਜੀ, ਅਸੀਂ ਤੁਹਾਡੇ ਨਾਲ ਸਾਡਾ 9 ਮਾਸ ਦਾ ਰਿਸ਼ਤਾ ਆ, ਤੁਸੀਂ ਪੱਤਰਕਾਰ ਭਾਈ, ਜਿੱਥੇ ਤੁਸੀਂ ਹੁੰਦੇ ਹੋ ਉੱਥੇ ਪੁਲਿਸ ਹੁੰਦੀ ਆ, ਆਪਾਂ ਇੱਕ ਦੂਜੇ ਨਾਲ ਹੈਗੇ ਆ। ਅਤੇ ਮੇਰਾ ਗਿੱਲ ਸਾਹਿਬ ਠੀਕ ਹੈ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਭੁਪਿੰਦਰ ਸਿੰਘ, ਅੱਜ ਜੋ ਇਹ ਘਟਨਾ ਹੋਈ ਹੈ ਪੱਤਰਕਾਰ ਵੀਰ ਅਤੇ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਜਦੋਂ ਵੀਡੀਓ ਵਾਇਰਲ ਹੋਈ ਸਾਨੂੰ ਪਤਾ ਲੱਗਾ, ਅਤੇ ਅਸੀਂ ਵੀ ਇੱਥੇ ਜਿਹੜੀ ਚੌਂਕੀ ਆ ਵਿਜੇਨਗਰ ਪਹੁੰਚੇ ਸੀਗੇ, ਅਤੇ ਸਾਰੀ ਜਿਹੜੀ ਅਫਸਰਾਂ ਦੇ ਨਾਲ ਗੱਲ ਹੋਈ ਔਰ ਪੱਤਰਕਾਰ ਵੀਰ ਦੇ ਨਾਲ ਵੀ ਗੱਲ ਹੋਈ। ਸਾਡਾ ਇਹ ਕਹਿਣਾ ਸੀਗਾ ਵੀ ਜੋ ਪੱਤਰਕਾਰ ਵੀਰ ਕਹੇਗਾ ਜਾਂ ਜਿੰਨੇ ਵੀ ਪੱਤਰਕਾਰ ਇੱਥੇ, ਮੇਰਾ ਖਿਆਲ 100 ਦੇ ਕਰੀਬ ਪੱਤਰਕਾਰ ਇਕੱਠਾ ਹੋਇਆ ਸੀਗਾ, ਅਸੀਂ ਇਹਨਾਂ 'ਤੇ ਗੱਲ ਛੱਡੀ ਵੀ ਤੁਸੀਂ ਜੋ ਕਹੋਗੇ ਅਸੀਂ ਉਹੀ ਕਰਾਂਗੇ। ਜੇ ਤੁਸੀਂ ਕਹੋਗੇ ਵੀ ਪੁਲਿਸ ਮੁਲਾਜ਼ਮ 'ਤੇ ਪਰਚਾ ਕਰਾਉਣਾ ਹੈ ਤਾਂ ਪਰਚਾ ਹੋਊਗਾ, ਜੋ ਤੁਹਾਡੀ ਰਾਏ ਹੋਏਗੀ, ਜੇ ਤੁਸੀਂ ਰਾਜ਼ੀਨਾਮਾ ਕਿਸੇ ਲੈਵਲ 'ਤੇ ਕਰਨਾ ਹੈਗਾ ਤਾਂ ਉਹ ਹੋਏਗਾ। ਫਿਰ ਇਹ ਸਾਰੇ ਪੱਤਰਕਾਰ ਭਾਈਚਾਰੇ ਨੇ ਕਿਹਾ ਵੀ ਚਲੋ ਅਸੀਂ ਇਹ ਗੱਲ ਨੂੰ ਨਹੀਂ ਵਧਾਉਣਾ, ਇਹਨਾਂ ਦਾ ਆਪਣਾ ਫੈਸਲਾ ਸੀਗਾ ਵੀ ਅਸੀਂ ਜਿਹੜਾ ਉਹ ਰਾਜ਼ੀਨਾਮਾ ਕਰਾਂਗੇ। ਫਿਰ ਪੁਲਿਸ ਦੇ ਜਿਹੜੇ ਆਲਾ ਅਫਸਰ ਸੀਗੇ ਉਹਨਾਂ ਦੇ ਨਾਲ ਸਾਰਾ ਬਹਿ ਕੇ ਸਾਡੇ ਸਾਰੇ ਸਿੰਘ ਆਏ, ਭਾਈ ਰਣਜੀਤ ਸਿੰਘ ਆਏ ਸੀਗੇ, ਭਾਈ ਪ੍ਰਿਤਪਾਲ ਸਿੰਘ ਆਏ ਸੀਗੇ, ਭਾਈ ਜਸਕਰਨ ਸਿੰਘ ਪੰਡੋਰੀ ਅਤੇ ਇਹਨਾਂ ਭਾਈ ਮਨਪ੍ਰੀਤ ਸਿੰਘ ਮੰਨਾ ਆਏ ਸੀਗੇ, ਅਤੇ ਇਹਨਾਂ ਸਾਰਿਆਂ ਦੇ ਨਾਲ ਜੋ ਵੀ ਪੱਤਰਕਾਰ ਵੀਰ ਨੇ ਕਿਹਾ ਵੀ ਅਸੀਂ ਚਲੋ ਜੇ ਉਹ ਸੌਰੀ ਫੀਲ ਕਰਦੇ ਆ, ਆਪਣੀ ਗਲਤੀ ਮੰਨਦੇ ਆ, ਅਤੇ ਫਿਰ ਅਸੀਂ ਉਹ ਜਿਹੜਾ ਮਾਮਲਾ ਜਿਹੜਾ ਮੁਕਾ ਦਾਂਗੇ। ਬਾਕੀ ਇਹ ਕਹਿਣਾ ਪੱਤਰਕਾਰ ਵੀਰ ਦਾ ਹੀ ਸੀਗਾ ਕਿ ਅਸੀਂ ਜਿਹੜਾ ਮਾਮਲੇ ਨੂੰ ਖਤਮ ਕਰਨਾ ਹੈ, ਸੋ ਸਾਡੇ ਵੱਲੋਂ ਇਹੋ ਸੀਗਾ, ਜਿਵੇਂ ਆਪ ਜੀ ਵੀ ਪੱਤਰਕਾਰ ਉਹ ਤੁਹਾਡੇ ਸਾਹਮਣੇ ਸਾਰੀ ਗੱਲਬਾਤ ਹੋਈ ਆ ਵੀ ਜਿਵੇਂ ਤੁਸੀਂ ਕਹੋਗੇ ਉਵੇਂ ਹੋਏਗਾ, ਅਤੇ ਉਹ ਵੀਰ ਜਿਹੜੇ ਬਲਜਿੰਦਰ ਸਿੰਘ ਆ ਪੁਲਿਸ ਮੁਲਾਜ਼ਮ, ਉਹਨਾਂ ਨੇ ਥੋੜ੍ਹਾ ਚਿਰ ਪਹਿਲਾਂ ਹੀ ਤੁਹਾਡੇ ਸਾਹਮਣੇ ਕੈਮਰੇ ਦੇ ਉੱਤੇ ਆ ਕੇ ਉਹਨਾਂ ਨੇ ਸੌਰੀ ਫੀਲ ਕੀਤੀ ਆ ਕਿ ਚਲੋ ਮੇਰੀ ਇੰਟੈਂਸ਼ਨ ਸੋਚ ਨਹੀਂ ਸੀਗੀ ਝਗੜੇ ਦੇ ਵਿੱਚ, ਚਲੋ ਦਸਤਾਰ ਜਿਹੜੀ ਉਹਨਾਂ ਦੇ ਲੱਥ ਗਈ ਅਤੇ ਉਹਨਾਂ ਨੇ ਮਾਫ਼ੀ ਮੰਗ ਲਈ। ਅੱਜ ਪੁਲਿਸ ਦੀ ਗੁੰਡਾਗਰਦੀ ਜਿਹੜੀ ਇੱਦਾਂ ਵਾਲੀ ਸਾਹਮਣੇ ਆਈ ਆ ਪੰਜਾਬ ਸਰਕਾਰ ਨਵੀਂ ਤੋਂ ਬਾਅਦ, ਵੀ ਸੋਚਦੇ ਹੋ ਪੰਜਾਬ ਦਾ ਮਾਹੌਲ ਸਹੀ ਹੋਏਗਾ ਇੱਦਾਂ ਵਾਲਾ? ਨਹੀਂ ਵੇਖੋ, ਪੁਲਿਸ ਜਿਹੜੀ ਆ ਨਾ, ਪੁਲਿਸ ਦਸਤਾਰਾਂ ਦੀ ਰੱਖਿਆ ਵਾਸਤੇ ਹੁੰਦੀ ਆ, ਅਤੇ ਪੁਲਿਸ ਜਿਹੜੇ ਲੋਕਲ ਜਿਹੜੇ ਲੋਕ ਵੱਸਦੇ ਆ, ਜਿਹੜੀ ਪਬਲਿਕ ਹੈ ਉਹਨਾਂ ਦੀ ਰੱਖਿਆ ਵਾਸਤੇ ਆ। ਜੇ ਪੁਲਿਸ ਵੱਲੋਂ ਇਹੋ ਜਿਹੇ ਕਾਰਜ ਕੀਤੇ ਜਾਣਗੇ ਤਾਂ ਬੜੇ ਨਿੰਦਣਯੋਗ ਆ ਅਤੇ ਮੰਦਭਾਗੇ ਆ। ਇਹ ਪੁਲਿਸ ਇਹ ਜਿਹੜਾ ਆਪਾਂ ਸਮਾਂ ਜਿਹੜਾ ਪਹਿਲਾਂ ਵੇਖਿਆ ਸੀਗਾ ਜਿਹੜਾ 84 ਦੇ ਦਹਾਕੇ ਦੇ ਵਿੱਚ, ਇਹ ਮੈਨੂੰ ਕਿਤੇ ਨਾ ਕਿਤੇ ਵੀਡੀਓ ਵੇਖ ਕੇ ਇਹ ਲੱਗਾ ਵੀ ਕਿਤੇ ਸ਼ਾਇਦ ਪੁਲਿਸ ਫਿਰ ਉਹੋ ਹੀ ਕੰਮ ਜਿਹੜੇ ਸਿਰਾਂ ਤੋਂ ਪੱਗਾਂ ਲਾਉਣ ਵਾਲੇ ਕਰਨ ਲੱਗੀ ਆ। ਪਰ ਚਲੋ, ਅਫਸਰਾਂ ਦੇ ਕਹਿਣ ਦੇ ਉੱਤੇ ਜਾਂ ਜੋ ਵੀ ਹੋਇਆ, ਉਸ ਜਿਹੜਾ ਬਲਜਿੰਦਰ ਸਿੰਘ ਮੁਲਾਜ਼ਮ ਸੀਗਾ ਉਹਨੇ ਆਪਣੀ ਮਾਫ਼ੀ ਮੰਗੀ ਹੈ ਜੀ।